ਵਿਖੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੀ ਮੀਟਿੰਗ ਡੀਪੂ ਪ੍ਰਧਾਨ ਸਰਦਾਰ ਨਿਰਭੈ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜੋ ਵਾਅਦਾ ਕੈਪਟਨ ਸਾਹਿਬ ਨੇ ਕੀਤਾ ਸੀ ਉਹ ਲਾਗੂ ਕੀਤਾ ਜਾਵੇ ਅਤੇ ਜੋ ਮਾਰੂ ਨੀਤੀ ਪੱਲੇਦਾਰਾਂ ਖਿਲਾਫ਼ ਬਣਾਈ ਹੈ ਉਸ ਨੂੰ ਰੱਦ ਕੀਤਾ ਜਾਵੇ। 21-2-2018 ਨੂੰ ਇੱਕ ਪਾਲਿਸੀ ਤਾਕਿਦ ਕਰੀ ਹੈ ਜੋ ਮਜ਼ਦੂਰ ਮਾਰੂ ਨੀਤੀ ਹੈ, ਜਿਹਦੇ ਵਿੱਚ ਟੈਂਡਰ ਪ੍ਰਕਿਰਿਆ 'ਚ ਸ਼ਾਮਿਲ ਕਰਿਆ ਜਾ ਰਿਹਾ। ਅਸੀਂ ਉਹ ਟੈਂਡਰ ਪ੍ਰਕਿਰਿਆ ਦੇ ਵਿੱਚ ਜਿਹੜੀ ਪਾਲਿਸੀ ਤਿਆਰ ਕਰੀ ਹੈ ਉਹਦੇ ਵਿਰੋਧ ਵਿੱਚ ਸਾਰੇ ਪੰਜਾਬ ਦੇ ਵਿੱਚ ਸਾਰੇ ਯੂਨੀਅਨਾਂ ਵੱਲੋਂ 4 ਯੂਨੀਅਨਾਂ ਵੱਲੋਂ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਇਹਦੇ ਰੋਸ ਵਜੋਂ। ਅਤੇ ਆਉਣ ਵਾਲੀ 12 ਤਰੀਕ ਨੂੰ ਮਾਰਚ ਦੀ ਨੂੰ ਪਟਿਆਲਾ ਵਿਖੇ ਇੱਕ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਮਜ਼ਦੂਰਾਂ ਵੱਲੋਂ ਆ ਪਾਲਿਸੀ ਨੂੰ ਰੱਦ ਕਰਨ ਵਾਸਤੇ, ਜੋ ਸਾਡੇ ਨਾਲ ਸਮਝੌਤਾ ਕਰਿਆ ਉਹਨੂੰ ਇਨ ਬਿਨ ਲਾਗੂ ਕਰਨ ਵਾਸਤੇ। ਠੀਕ ਹੈ ਨਾ, ਜੋ ਸਾਡੇ ਨਾਲ ਇਹ ਵਾਅਦਾ ਕਰਿਆ ਸੀਗਾ ਉਹ ਵਾਅਦਾ ਸਾਡਾ ਪੂਰਾ ਕਰੇ, ਨਹੀਂ ਤਾਂ ਝੂਠੀ ਹੈਗੀ ਸਰਕਾਰ ਕਹਾਂ ਸਾਡੇ ਨਾਲ ਵਾਅਦੇ ਕਰੇ ਪੂਰੇ ਕਰੇ ਜੀ, ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਤੁਰਿਤ ਦਵਿੰਦਰ ਖੀਪਲ ਦੀ ਰਿਪੋਰਟ, ਚੈਨਲ 2।